ਫਾਂਸੀ ਦੀ ਸਜ਼ਾ ਮਤਲਬ ਮੌਤ। ਜੀ ਹਾਂ, ਫਾਂਸੀ ਦੀ ਸਜ਼ਾ ਉਸ ਨੂੰ ਮਿਲਦੀ ਏ ਜਿਸਨੇ ਬਹੁਤ ਵੱਡਾ ਜੁਰਮ ਕੀਤਾ ਹੋਵੇ। ਦੋਸਤੋ, ਅਕਸਰ ਦੇਖਿਆ ਜਾਂਦਾ ਹੈ ਕਿ ਫਾਂਸੀ ਦਿੰਦੇ ਸਮੇਂ ਜਲਾਦ ਫਾਂਸੀ ਲੱਗਣ ਵਾਲੇ ਵਿਅਕਤੀ ਯਾਨੀ ਕਿ ਦੋਸ਼ੀ ਦੇ ਕੰਨ ਵਿੱਚ ਕੋਈ ਗੱਲ ਕਹਿੰਦਾ ਹੈ। ਉਹ ਕੀ ਗੱਲ ਕਹਿੰਦਾ ਹੈ ਇਸ ਬਾਰੇ ਸਾਨੂੰ ਬਿਲਕੁਲ ਨਹੀਂ ਪਤਾ। ਦੋਸਤੋ, ਅੱਜ ਦੀ ਆਪਾਂ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿ ਉਸ ਟਾਈਮ ਜਲਾਦ ਫਾਂਸੀ ਲੱਗਣ ਵਾਲੇ ਵਿਅਕਤੀ ਦੇ ਕੰਨ ਵਿੱਚ ਕੀ ਕਹਿੰਦਾ ਹੈ। ਜੀ ਹਾਂ ਦੋਸਤੋ, ਮੈਂ ਦਲਜੀਤ ਸਿੰਘ ਤੁਹਾਡਾ ਆਪਣਾ ਹੋਸਟ ਤੁਹਾਡਾ ਲਵ ਫੋਰਐਵਰ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਕਰਦਾ ਜੀ। ਤੇ ਤੁਹਾਨੂੰ ਇੱਕ ਰਿਕੁਐਸਟ ਕਰਦਾ ਹਾਂ ਕਿ ਵੀਡੀਓ ਜੇ ਤੁਹਾਨੂੰ ਸਹੀ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ, ਕਿਉਂਕਿ ਤੁਹਾਡੇ ਹੀ ਦਿੱਤੇ ਪਿਆਰ ਨਾਲ ਆਪਾਂ ਮੋਟੀਵੇਟ ਹੁੰਦੇ ਹਾਂ ਤੇ ਇੱਦਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ। ਸੋ ਦੋਸਤੋ, ਵੱਧਦੇ ਹਾਂ ਵੀਡੀਓ ਵੱਲ। ਸਦੀਆਂ ਤੋਂ ਲੋਕ ਭਾਰਤ ਦੇਸ਼ ਨੂੰ ਮਹਾਨ ਮੰਨਦੇ ਆਏ ਨੇ, ਕਿਉਂਕਿ ਇਸ ਦੇਸ਼ ਵਿੱਚ ਹਰ ਪ੍ਰਕਾਰ ਦੇ ਨਿਯਮ ਅਤੇ ਕਾਨੂੰਨ ਬਣਾਏ ਗਏ ਨੇ ਜੋ ਇੱਕ ਸੁਤੰਤਰ ਦੇਸ਼ ਦੀ ਅਹਿਮ ਪਹਿਚਾਣ ਹਨ। ਸਾਰੇ ਹੀ ਲੋਕ ਇਹਨਾਂ ਨਿਯਮਾਂ ਨੂੰ ਮੰਨਦੇ ਨੇ ਅਤੇ ਜੇ ਕੋਈ ਇਹਨਾਂ ਨਿਯਮਾਂ ਦੇ ਉਲਟ ਹੁੰਦਾ ਹੈ ਤਾਂ ਉਸਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਂਦੀ ਹੈ। ਅਤੇ ਜੇ ਕੋਈ ਵਿਅਕਤੀ ਬਹੁਤ ਜ਼ਿਆਦਾ ਗਲਤ ਕੰਮ ਕਰਦਾ ਹੈ ਜਿਵੇਂ ਖੂਨ ਬਲਾਤਕਾਰ ਤਾਂ ਉਸਨੂੰ ਫਾਂਸੀ ਦੀ ਸਜ਼ਾ ਵੀ ਸੁਣਾ ਦਿੱਤੀ ਜਾਂਦੀ ਹੈ। ਦੋਸਤੋ, ਫਾਂਸੀ ਦੇ ਸੰਬੰਧ ਵਿੱਚ ਭਾਰਤ ਸਰਕਾਰ ਨੇ ਕਈ ਨਿਯਮ ਬਣਾਏ ਨੇ ਜਿਨ੍ਹਾਂ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ। ਇਹਨਾਂ ਨਿਯਮਾਂ ਵਿੱਚ ਫਾਂਸੀ ਦਾ ਫੰਦਾ, ਫਾਂਸੀ ਦੇਣ ਦਾ ਟਾਈਮ, ਫਾਂਸੀ ਦੇਣ ਦਾ ਤਰੀਕਾ ਆਦਿ ਸ਼ਾਮਲ ਹੁੰਦੇ ਨੇ। ਦੋਸਤੋ, ਭਾਰਤ ਵਿੱਚ ਜਦੋਂ ਕਿਸੇ ਕੈਦੀ ਨੂੰ ਫਾਂਸੀ ਦੇਣੀ ਹੁੰਦੀ ਹੈ ਤਾਂ ਜਲਾਦ ਉਸਦੇ ਕੰਨ ਵਿੱਚ ਕੁਝ ਕਹਿੰਦਾ ਹੈ ਅਤੇ ਉਸ ਤੋਂ ਬਾਅਦ ਵਿੱਚ ਅਪਰਾਧੀ ਨੂੰ ਫਾਂਸੀ ਦਿੱਤੀ ਜਾਂਦੀ ਹੈ। ਤੁਹਾਨੂੰ ਸੁਣ ਕੇ ਸ਼ਾਇਦ ਅਜੀਬ ਲੱਗਦਾ ਹੋਵੇ, ਪਰ ਦੋਸਤੋ ਇਹ ਬਿਲਕੁਲ ਸੱਚ ਹੈ। ਤੁਹਾਡੇ ਮਨ ਵਿੱਚ ਸਵਾਲ ਚੱਲਦਾ ਪਿਆ ਹੋਵੇਗਾ ਕਿ ਮਰਦੇ ਵਿਅਕਤੀ ਦੇ ਕੰਨ ਵਿੱਚ ਆਖਿਰ ਜਲਾਦ ਕੀ ਕਹਿੰਦਾ ਹੈ ਅਤੇ ਕਿਉਂ ਕਹਿੰਦਾ ਹੈ। ਦਰਅਸਲ ਵਿੱਚ ਦੋਸਤੋ, ਜਲਾਦ ਅਪਰਾਧੀ ਦੇ ਕੰਨ ਵਿੱਚ ਮਾਫ਼ੀ ਮੰਗਦਾ ਹੈ ਅਤੇ ਕਹਿੰਦਾ ਹੈ, ਮੈਨੂੰ ਮਾਫ਼ ਕਰ ਦੇ ਵੀਰ, ਮੈਂ ਮਜਬੂਰ ਹਾਂ। ਅਤੇ ਜੇ ਮਰਨ ਵਾਲਾ ਵਿਅਕਤੀ ਸਿੱਖ ਹੈ ਤਾਂ ਜਲਾਦ ਉਸਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਾ ਹੈ, ਜੇ ਉਹ ਹਿੰਦੂ ਹੈ ਤਾਂ ਉਸਨੂੰ ਰਾਮ ਰਾਮ ਬੁਲਾਉਂਦਾ ਹੈ ਅਤੇ ਜੇ ਉਹ ਮੁਸਲਿਮ ਹੈ ਤਾਂ ਉਸਨੂੰ ਸਲਾਮ ਬੁਲਾਉਂਦਾ ਹੈ। ਨਾਲ ਹੀ ਜਲਾਦ ਉਹਨਾਂ ਦੇ ਕੰਨ ਵਿੱਚ ਇਹ ਵੀ ਕਹਿੰਦਾ ਹੈ ਕਿ ਮੈਂ ਸਰਕਾਰ ਦੇ ਹੁਕਮ ਦਾ ਗੁਲਾਮ ਹਾਂ, ਇਸ ਲਈ ਮੈਂ ਤੁਹਾਡੇ ਲਈ ਕੁਝ ਨਹੀਂ ਕਰ ਸਕਦਾ। ਅਤੇ ਇਹ ਕਹਿੰਦੇ ਸਾਰ ਹੀ ਫਾਂਸੀ ਦਾ ਫੰਦਾ ਖਿੱਚ ਦਿੰਦਾ ਹੈ। ਦੋਸਤੋ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸਾਡੇ ਭਾਰਤ ਦੇਸ਼ ਵਿੱਚ ਕੇਵਲ ਦੋ ਹੀ ਜਲਾਦ ਹਨ ਅਤੇ ਇਹਨਾਂ ਨੂੰ ਸਰਕਾਰ ਦੁਆਰਾ ਅਪਰਾਧੀ ਨੂੰ ਮਾਰਨ ਦੀ ਤਨਖਾਹ ਵੀ ਦਿੱਤੀ ਜਾਂਦੀ ਹੈ। ਭਾਵਾਂ ਕਿ ਦੋਸਤੋ, ਕਿਸੇ ਨੂੰ ਆਪਣੇ ਹੱਥਾਂ ਨਾਲ ਮਾਰਨ ਦਾ ਕੰਮ ਆਪਣੇ ਆਪ ਵਿੱਚ ਬਹੁਤ ਹੀ ਵੱਡਾ ਹੈ ਅਤੇ ਇਸ ਨੂੰ ਕਰਨ ਲਈ ਕਾਫ਼ੀ ਹਿੰਮਤ ਦੀ ਲੋੜ ਹੁੰਦੀ ਹੈ ਜੋ ਇਹਨਾਂ ਜਲਾਦਾਂ ਨੂੰ ਦਿਖਾਉਣੀ ਪੈਂਦੀ ਹੈ। ਤੁਹਾਨੂੰ ਦੱਸ ਦਈਏ ਕਿ ਫਾਂਸੀ ਦੇਣ ਲਈ ਸਰਕਾਰ ਇਹਨਾਂ ਜਲਾਦਾਂ ਨੂੰ 3,000 ਰੁਪਇਆ ਦਿੰਦੀ ਹੈ, ਪਰ ਜੇ ਕਿਸੇ ਅੱਤਵਾਦੀ ਨੂੰ ਫਾਂਸੀ ਦੇਣੀ ਹੋਵੇ ਤਾਂ ਇਹ ਰਕਮ ਵਧਾ ਦਿੱਤੀ ਜਾਂਦੀ ਹੈ। ਦੋਸਤੋ, ਕਹਿੰਦੇ ਨੇ ਕਿ ਇੰਦਰਾ ਗਾਂਧੀ ਨੂੰ ਮਾਰਨ ਵਾਲੇ ਸਿੰਘਾਂ ਨੂੰ ਫਾਂਸੀ ਦੇਣ ਵਾਲੇ ਜਲਾਦ ਨੂੰ 25,000 ਰੁਪਏ ਦਿੱਤੇ ਗਏ। ਯਾਰੋ, ਜੇ ਆਪਾਂ ਹੁਣ ਦੇ ਟਾਈਮ ਦੀ ਅਸਲ ਸੱਚਾਈ ਦੀ ਗੱਲ ਕਰੀਏ ਤਾਂ ਅੱਜ ਦੇ ਟਾਈਮ ਵਿੱਚ ਕਈ ਕਿਸਾਨਾਂ ਨੂੰ ਫਾਂਸੀ ਮਿਲ ਰਹੀ ਹੈ। ਜੀ ਹਾਂ, ਉਹ ਕਿਸਾਨ ਜੋ ਫਾਹ ਲੈ ਰਹੇ ਨੇ ਉਹ ਖੁਸ਼ ਹੋ ਕੇ ਇਹ ਕੰਮ ਨਹੀਂ ਕਰਦੇ। ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਤੋਂ ਤੰਗ ਆ ਕੇ ਕਰਜ਼ੇ ਥੱਲੇ ਦੱਬੇ ਜ਼ਿਮੀਂਦਾਰ ਫਾਹਾ ਲੈ ਲੈਂਦੇ ਨੇ। ਅਤੇ ਦੋਸਤੋ, ਕਿਸਾਨਾਂ ਤੋਂ ਇਲਾਵਾ ਉਹ ਲੋਕ ਜੋ ਕੋਰਟ ਕਚਹਿਰੀਆਂ ਦੇ ਚੱਕਰ ਲਾ ਲਾ ਕੇ ਆਪਣੀ ਉਮਰ ਲੰਘਾ ਦਿੰਦੇ ਨੇ ਪਰ ਫਿਰ ਵੀ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ, ਮਿਲਦੀ ਹੈ ਤਾਂ ਬਸ ਤਾਰੀਖ। ਜੀ ਹਾਂ, ਉਹ ਲੋਕ ਵੀ ਡਿਪਰੈਸ਼ਨ ਵਿੱਚ ਆ ਕੇ ਫਾਹਾ ਲੈ ਲੈਂਦੇ ਨੇ। ਯਾਰੋ, ਅੱਜ ਦੇ ਲਈ ਇੰਨਾ ਹੀ। ਅਤੇ ਜੇ ਵੀਡੀਓ ਦੇ ਅੰਤ ਵਿੱਚ ਦਿੱਤੇ ਵਿਚਾਰ ਸਹੀ ਲੱਗੇ ਹੋਣ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ। ਸੋ ਮਿਲਾਂ ਕਿਸੇ ਹੋਰ ਵੀਡੀਓ ਨਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।